ਯਾਰ ਭਾਈ ਅੱਜ ਜਿਹੜੀ ਅਸੀਂ ਤੁਹਾਨੂੰ ਚੀਜ਼ ਟਰਾਈ ਕਰਾ ਰਹੇ ਨਾ ਉਹਦਾ ਨਾਮ ਹੈਗਾ ਮੀਟ ਲੋਫ। ਮੀਟ ਲੋਫ, ਮੀਟ ਲੋਫ, ਮੀਟ ਲੋਫ, ਇਹ ਕੀ ਮੀਟ ਲੋਫ? ਮੀਟ ਲੋਫ, ਮੀਟ ਲੋਫ, ਮੀਟ ਲੋਫ, ਅਜੀਬ ਜਿਹਾ ਨਾਮ ਹੀ ਹੈ ਮੀਟ ਲੋਫ। ਮੀਟ ਲੋਫ, ਕਿਆ ਬਾਤ ਹੈ। ਅਮੀਰ ਲੋਕਾਂ ਦਾ ਨਾਂ ਸੁਣਿਆ ਪਰ ਮੀਟ ਲੋਫ ਦਾ ਨਾਂ ਨਹੀਂ ਸੁਣਿਆ। ਮੀਟ ਲੋਫ ਖਾਣ ਵਾਲੀ ਚੀਜ਼ ਹੈਗੀ ਹੈ ਬਾਹਰ ਦੇ ਮੁਲਕਾਂ 'ਚ, ਬਲਕਿ ਅਮੈਰੀਕਾ, ਯੂਰਪ ਜਿੰਨਾ ਵੀ ਹੈ ਉੱਥੇ ਲੋਕ ਬੜੇ ਸ਼ੌਕ ਨਾਲ ਖਾਂਦੇ ਆ। ਅੱਛਾ ਅੱਛਾ ਅੱਛਾ, ਮੀਟ ਕਹਿੰਦੇ ਆ ਗੋਸ਼ਤ ਨੂੰ। ਅੱਛਾ, ਇੰਗਲਿਸ਼ ਦੇ ਵਿੱਚ ਮੀਟ ਲੋਫ ਨੂੰ ਕਹਿੰਦੇ ਆ। ਗੋਸ਼ਤ ਨੂੰ ਇੰਗਲਿਸ਼ ਮੀਟ ਕਹਿੰਦੇ ਨੇ। ਵੈਸੇ ਤਾਂ ਅਸੀਂ ਗੋਸ਼ਤ ਬੜੇ ਖਾਧੇ ਨੇ, ਆਲੂ ਗੋਸ਼ਤ ਖਾਧਾ, ਗੋਭੀ ਗੋਸ਼ਤ ਖਾਧਾ, ਗੋਂਗਲੂ ਗੋਸ਼ਤ ਖਾਧਾ, ਲੇਕਿਨ ਹੁਣ ਇਹ ਮੀਟ ਬੋਲ ਪਤਾ ਨਹੀਂ ਕੀ, ਹੁਣ ਸਾਡੀ ਸਮਝ ਤੋਂ ਬਾਹਰ ਹੀ ਗੱਲ ਹੈਗੀ ਹੈ ਕਿ ਹੁਣ ਸਾਹਮਣੇ ਆਏਗਾ ਤਾਂ ਫਿਰ ਪਤਾ ਲੱਗੇਗਾ ਕਿ ਕੀ ਉਹ ਬਲਾ ਹੈਗੀ ਹੈ। ਅੰਗਰੇਜ਼ਾਂ ਦੀਆਂ ਫਿਲਮਾਂ ਦੇ ਨਾਂ ਵੀ ਤਾਂ ਇਹੋ ਜਿਹੇ ਹੀ ਹੁੰਦੇ ਨੇ ਨਾ, ਅਤੇ ਮੈਂ ਬਹੁਤੀਆਂ ਵੈਸੇ ਦੇਖਣਾ ਤਾਂ ਫਿਲਮਾਂ ਹੀ ਆ ਅੰਗਰੇਜ਼ੀ ਉਰਦੂ ਵਿੱਚ ਜਿਹੜੀਆਂ ਡੱਬ ਹੋਈਆਂ ਹੁੰਦੀਆਂ ਨੇ, ਖੂਬ ਮਜ਼ਾ ਆਉਂਦਾ ਵੇ ਉਹਦੇ ਵਿੱਚ। ਇਹੋ ਜਿਹੇ ਯਕੀਨ ਕਰੋ ਨਾਂ ਨੇ ਜਿਹੜੇ ਦੂਸਰੇ ਦਿਨ ਰਿਕਾਰਡਿੰਗ 'ਤੇ ਆਈਦਾ ਅਤੇ ਅੱਗੇ ਉਹੀ ਨਾਂ ਹੁੰਦਾ ਅਤੇ ਮੈਂ ਪਰੇਸ਼ਾਨ ਹੋ ਜਾਂਦਾ ਕਿਹਾ ਅਤੇ ਰਾਤ ਨੂੰ ਡਰੈਕੋਲਾ ਖਾਣਾ ਖਾ ਰਿਹਾ ਸੀ। ਵਾਹ ਜੀ ਵਾਹ। ਲਓ ਜੀ ਇਹ ਮੀਟ ਲੋਫ। ਇਹ ਕਿਆ ਮੀਟ ਗੋਸ਼ਤ? ਇਹ ਤਾਂ ਮੈਨੂੰ ਲੱਗਦਾ ਜਿਵੇਂ ਕੇਕ ਹੁੰਦਾ। ਇਹ ਮੈਨੂੰ ਸ਼ਬਦ ਗੋਸ਼ਤ ਦਾ ਕੇਕ ਬਣਾਇਆ ਇਹਨੇ। ਇਹ ਤਾਂ ਇੰਝ ਲੱਗਦਾ ਜਿਵੇਂ ਕੇਕ ਕੱਟਿਆ ਸਾਲਗਿਰਾ ਦਾ। ਹੈਪੀ ਬਰਥਡੇ ਟੂ ਯੂ, ਨਾਲ ਕੈਚਅਪ ਵੀ ਹੈ, ਨਾਲ ਥੋੜ੍ਹਾ ਜਿਹਾ ਧਨੀਆ ਵੀ ਹੈ, ਨਾਲ ਬਿਲਕੁਲ ਇਸ ਤਰ੍ਹਾਂ ਲੱਗ ਰਿਹਾ ਜਿਸ ਤਰ੍ਹਾਂ ਕਿ ਇੱਕ ਪਾਸਿਓਂ ਕੇਕ ਚੋਕਲੇਟ ਵਾਲਾ ਕੱਟ ਕੇ ਨਾ ਉਹਨਾਂ ਨੇ ਪੀਸ ਰੱਖਿਆ ਹੈ ਸਾਡੇ ਵੱਲ। ਲਓ ਜੀ ਇਹਨੂੰ ਕਹਿੰਦੇ ਜੀ ਮੀਟ ਅਤੇ ਲੋਫ। ਇਹ ਤਾਂ ਹੈਗਾ ਮੀਟ, ਇਹਦੇ ਨਾਲ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਇਹਨਾਂ ਨੂੰ ਲੋਫ ਕਹਿੰਦੇ ਨੇ, ਕਿਉਂਕਿ ਮੀਟ ਦੇ ਨਾਲ ਜਿੰਨੀ ਦੇਰ ਲੋਫ ਨਾ ਹੋਵੇ ਉਨੀ ਦੇਰ ਮੀਟ ਵੀ ਬੇਕਾਰ ਹੈ। ਤਾਹਰ ਭਾਈ ਇਹੀ ਮੀਟ ਲੋਫ ਹੈ, ਨਾਲ ਦੀ ਤਾਂ ਚਟਨੀ ਤਾਂ ਧਨੀਆ ਨਾਲ ਜਿਹੜੀਆਂ ਚੀਜ਼ਾਂ ਨੇ ਉਹ ਡੈਕੋਰੇਸ਼ਨ ਲਈ ਹੈਗੀ ਆ ਨਾ, ਅਸਲ ਇਹਦਾ ਹੀ ਹੈ ਮੀਟ ਲੋਫ। ਵੇਖੋ ਜੀ ਲੱਗ ਰਹੀ ਕੋਈ ਮਿੱਠੀ ਡਿਸ਼ ਦੀ ਕੋਈ ਪੀਸ ਪਿਆ, ਵੇਖੋ ਤੁਸੀਂ ਕਮਾਲ ਕਰਦੀ ਆ ਕਿਆ ਬਾ। ਸਾਡੇ ਤਾਂ ਕੀਮਾ ਬਣਾਉਂਦੇ ਜਾਂ ਜ਼ਿਆਦਾ ਕੋਫਤੇ, ਉਹ ਵੀ ਮੁੱਠੀਆਂ ਭਰ ਭਰ ਕੇ ਕੋਫਤਾ ਜਿਹਾ ਬਣਾਉਂਦੇ, ਇਹ ਤਾਂ ਪੂਰਾ ਪੀਸ ਬਣਿਆ ਹੈ ਜਿਵੇਂ ਕਹਿੰਦਾ ਕੇਕ ਦਾ ਪੀਸ ਹੋਵੇ, ਜ਼ਿਆਦਾ ਆਮਦ ਜਿਵੇਂ ਕਹਿੰਦਾ ਕੱਟੀ ਹੋਈ ਹੈ। ਚੋਕਲੇਟ ਅਤੇ ਕੇਕ ਅਸੀਂ ਬੜੇ ਖਾਧੇ ਨੇ, ਲੇਕਿਨ ਅੱਜ ਕੀਮੇ ਵਾਲਾ ਕੇਕ ਪਹਿਲੀ ਵਾਰੀ ਜ਼ਿੰਦਗੀ 'ਚ ਵਿੱਚ ਖਾ ਰਿਹਾ ਮੈਂ, ਮੈਨੂੰ ਬੜੀ ਖੁਸ਼ੀ ਹੋ ਰਹੀ ਹੈ। ਅਜਿਹਾ ਜੀ ਮੀਟ ਲੋਫ, ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸਾਡੇ ਇੱਥੇ ਪਾਕਿਸਤਾਨ ਜਦੋਂ ਵੱਡੀ ਈਦ ਹੁੰਦੀ ਹੈ ਨਾ ਜੀ ਕੁਰਬਾਨੀ ਦੀ, ਅਤੇ ਗੋਸ਼ਤ ਜਿਹੜਾ ਆਮ ਹੁੰਦਾ ਹਰ ਘਰ 'ਚ, ਅਤੇ ਕੋਈ ਨਾ ਕੋਈ ਕੋਈ ਨਾ ਕੋਈ ਡਿਸ਼ ਜਿਹੜੀ ਹੈ ਹਰ ਘਰ 'ਚ ਬਣਦੀ ਰਹਿੰਦੀ ਹੈ, ਕੋਈ 5-7 ਦਿਨ 10 ਦਿਨ। ਕੁਛ ਲੋਕ ਐਸੇ ਨੇ ਜਿਹੜੇ ਕੁਰਬਾਨੀ ਕਰਦੇ ਨੇ ਅਤੇ ਸਾਰਾ ਗੋਸ਼ਤ ਫਰਿੱਜ 'ਚ ਹੀ ਲਾ ਲੈਂਦੇ ਨੇ, ਯਾਨੀ ਕਿ ਉਹਨੂੰ ਮੀਟ ਲੋਫ ਕਰ ਲੈਂਦੇ ਨੇ ਉਹਨੂੰ, ਬਲਕਿ ਮੀਟ ਲੋਫ ਕੀ ਮੀਟ ਔਫ ਹੀ ਕਰ ਦਿੰਦੇ ਨੇ। ਇਹ ਗੋਸ਼ਤ ਪਹਿਲੀ ਦਫ਼ਾ ਖਾ ਰਹੇ ਹਾਂ, ਲੇਕਿਨ ਜ਼ਾਇਕਾ ਜਿਹੜਾ ਨਾ ਉੱਥੇ ਸਾਡੇ ਚੱਪਲ ਗਵਾਬ ਮਿਲਦੇ, ਚੱਪਲ ਗਵਾਬ ਉਹਨਾਂ ਵਰਗਾ ਆ ਰਿਹਾ। ਹਲਕਾ ਹਲਕਾ ਮਿੱਠਾ ਵੀ ਹੈ, ਨਾਲ ਚਟਨੀ ਵਗੈਰਾ ਵੀ ਹੈ। ਅੱਛਾ, ਨਾਲ ਧਨੀਆ ਵੀ ਰੱਖਿਆ ਹੈ, ਸਾਡੇ ਕੜਾਹੀ ਗੋਸ਼ਤ ਧਨੀਆ ਧੂੜਦੇ ਨੇ। ਗੋਸ਼ਤ ਬਹੁਤ ਬਿਹਤਰੀਨ ਪੱਕਿਆ, ਪਰ ਇਹਦੇ ਵਿੱਚ ਮੇਰਾ ਖਿਆਲ ਹੈ ਪਿਆਜ਼ ਪਾਇਆ ਗਿਆ, ਪਿਆਜ਼ ਨੂੰ ਵੀ ਪੀਸਿਆ ਗਿਆ ਉਹਦੇ ਵਿੱਚ ਪਾਇਆ ਗਿਆ, ਅਦਰਕ ਨਹੀਂ ਪਾਈ ਇਹਦੇ 'ਚ, ਅਤੇ ਥੋਮ, ਅਤੇ ਇਹਦੇ 'ਚ ਨਮਕ ਵੀ ਜ਼ਿਆਦਾ ਨਹੀਂ ਹੈਗਾ, ਮਿਰਚਾਂ ਹਸਵੇ ਮਾਮੂਲ, ਯਾਨੀ ਕਿ ਥੋੜ੍ਹੀਆਂ ਜਿਹੀਆਂ, ਉਹ ਵੀ ਮੇਰਾ ਖਿਆਲ ਪਤਾ ਨਹੀਂ ਕਾਲੀਆਂ ਹੋਣਗੀਆਂ ਮਿਰਚਾਂ, ਕਿਉਂਕਿ ਗੋਰੇ ਲੋਕ ਲਾਲ ਮਿਰਚ ਤਾਂ ਇਸਤੇਮਾਲ ਹੀ ਨਹੀਂ ਕਰਦੇ ਨਾ ਜ਼ਿਆਦਾ। ਬਾਕੀ ਇਹ ਬੜਾ ਮਜ਼ੇਦਾਰ ਬਣਿਆ ਜੀ, ਯਕੀਨ ਜਾਣੋ ਕਿ ਜਿਹੜੇ ਮੁਲਕ 'ਚ ਇਹ ਖਾਧਾ ਜਾਂਦਾ ਹੋਏਗਾ ਨਾ ਉੱਥੇ ਭਲਵਾਨ ਜ਼ਿਆਦਾ ਹੋਣਗੇ, ਕਿਉਂਕਿ ਇਹ ਖਾਣਾ ਹੈਗਾ ਭਲਵਾਨਾਂ ਵਾਲਾ। ਚਟਨੀ ਇਹਨੂੰ ਵੀ ਚੈੱਕ ਕਰ ਲਈਏ ਇਹਦੇ ਨਾਲ ਕੀ ਮਜ਼ਾ ਹੈ। ਹਾਂ ਹਾਂ ਹਾਂ,
क्या बात, वाह। जैका जनाब, जिम्मे असी आम गोश्त नहीं भुनिया खाते, लेकिन मिर्च मसाले बिच ही पे हुए हैं, एडा स्पैसी भी नहीं है, बड़ा बड़ा मजेदार बनया हो। नाल है ते तुसी रोटी खानी चाहो तो रोटी खा लो, चावल खाने चाहो चावल खा लो, वो सेवियां जड़ियां होंदियां नूडल वगैरह वो अगर चाहो तो वो नाल बना के खा सकते हो, तो जे नूडल दे विच चाहो तो वो पका के तुसी खा सकते हो। मैं परेशान इसलिए हाँ, एड्डी वड्डी बोटी गली किवें, ये तो मैं लगता पीस कट कट के आए ने, वड्डा सारा पीस है। इन्हों को कहेगा कि गोश्त खा रहे, नहीं कहेगा कि पता नहीं की खा रहा है, कोई बिस्कुट वगैरह या जिमें कोई केक वगैरह चॉकलेट वगैरह बिस्कुट खा रहे हैं, केक खा रहा है, ये की बनाया जनाब, बड़ा मज़ेदार बनाया, फिर मज़ा बड़ा टेस्टी बड़ा, ना स्पैसी, हल्का हल्का नमकीन है, ना चटनी वगैरह मिठी चटनी वगैरह पाई हुई है, सॉस जी है ना ये उत्ते पाई गई है, अरे बिल्कुल मिठी हैगी है, अच्छे लग रहा है वाकई केक बनाया गया, लेकिन जो खाओ ना तो पता लगता कि यार ए फिक्का केक है, हल्का जहा मिठा भी है ते बिल्कुल यानी कि फिक्का भी है। मीट लोफ जेड़ा है बहुत अच्छा मनते, वैसे बड़ा जबरदस्त लगे है, क्योंकि कीमे नू यक जान करके जेड़ा पकाना है ना, फिर सही तरह गल जावे है, विच होर मसाला जात पा के प्याज श्याज सौंफ अदरक ये वो, ते साडे इत्थे जेड़ी हांडी बनती है बनती तो बड़ी बेहतरीन है, असल तरीके नाल बनती है, तुसी जरा तरीके जड़े ने ना हो मुख्तसर कर दिते ने। अच्छा गोश्त बनया बनाया मिलदा जनाब कि तुसी तैयार कीता? चल साहब कीमा है गया। अच्छा ये कीमा ते इंज इकट्ठा किवें हो गया? चल साहब एनु कीमे नु इकट्ठा करन वास्ते पहले प्याज थोम नु तड़का लाया, तड़का ला के कीमे दे विच पाया, अंडे पाए, दूध पाया, कालियां मिर्चा, ब्रेड क्रम्स, सॉस, ठीक है सारा कुछ बिच पा के नमक कालिया मिर्चा पपरीका सारा कुछ पा के मिक्स करता है तो फिर इकट्ठा हो जाता, फिर बेक ओवन के पकाया गया। हाँ जी समझ गया मैं तुहाडी गल सारी। ते प्याज का जायका भी ये आ रहा है, कीमे का जायका भी ये आ रहा है, बड़ा टेस्टी लग रहा है, ए बंदा इनू इंज फड़े अम अम करके जो बर्गर नहीं खाई दा उतना खा जाए। बाकी है गोरिया का मैं लगता कीमे वाला केक है कि खाते ही खाली कीमा ही है, तो माशाल्लाह वेख्या मैं उन्होंने अपनी अखा के नाल हूं, तो मैं मुकर भी नहीं सकता कि मैं नहीं वेख्या कभी उन्होंने, दुबई मैं गया तो यकीन करो ना पैदल चलते हैं लोग, इन्नी इन्नी दूर तीन तीन चार चार किलोमीटर पैदल ही लगे जाते हैं, मैं तो परेशान होया कि यार एडिया सेहतां तो ढिड भी कोई नहीं निकले, तो स्मार्ट जिसम यही राज है कि उन्होंने जिसम की ताकत हैगी। वैसे उन्होंने सोच कैसी सोच है, उन्होंने कहा जो असं हालांकि फ्रूट केक वगैरह बच्चों को खवाने पता लगता भी ए पूरा कुछ तक केक बनाता ने, फिर क्यों उन्होंने बनाने का बड़ी कहो जी खिलर भी नहीं रहा, बिल्कुल सबूता बने। अच्छा जना रोटी शोटी ना खाने या रुखा ही खाते हैं? उंज ही खाने का मजा आता है, क्योंकि रोटी का हांडी रोटी दूसरा सालन चलता है, ए जो पीस है तो बंदा रुखा ही खावे। वाह एक धनिया ला चुको ना कैचअप लगा उत्ते भी अजे कैचअप लगा हुआ, ते हुण इह देखो ना कीमे नूं यक जान करना, उहदा इक पीस बना देना पका पकू के फिर उहनूं पकाना या बाद च पकाना या पहले पकाना, नाल फिर इहदे चटनी शटनी भी हैगी है, जिहड़ी भी चटनी बनानी चाहो तुसीं खुद बनानी चाहो ते बना लो, नहीं ते कैचअप वगैरह रख लो नाल, बड़ा मजा देगा तुहानूं। माशाल्लाह जिहड़ा वड्डा पीस है कीमे दा, अगर घर च मेरे पक्किया हुंदा ते मैं इहदे नाल तीन चार रोटियां खाणियां सी ते फिर किधर जा कर तसल्ली होणी सी, ਹੁਣ ਜਿਸ ਬੰਦੇ ਨੇ ਖਾਲੀ ਇਹੀ ਕੀਮਾ ਹੀ ਖਾਣਾ ਅਤੇ ਮਾਸ਼ਾਅੱਲਾ ਦੀ ਸਿਹਤ ਵੀ ਤਾਂ ਕਿਆ ਬਾਤ ਹੈ ਯਾਰ। ਵੈਸੇ ਇਹੋ ਜਿਹੀ ਮੈਂ ਚੀਜ਼ ਬਣਾ ਕੇ ਲੈ ਜਾਵਾਂ ਨਾ, ਜਿਵੇਂ ਜੀ ਚੀਜ਼ ਬਣੀ ਹੋਈ ਹੈ ਤਾਂ ਹਰ ਕਿਸੇ ਨੇ ਇਹੀ ਕਹਿਣਾ ਕਿ ਸੋਨਾ ਲਵਾਇਆ ਗਿਆ, ਜਦੋਂ ਖਾਣ ਨੂੰ ਨਾ ਕਹੋ ਇਹ ਕੀ ਗੋਸ਼ਤ ਦਾ ਸੋਨਾ ਲਵਾ ਲਿਆ ਹੁੰਦਾ ਜੀ, ਮਿਠਾਈ ਦਾ ਗੋਸ਼ਤ, ਮਿਠਾਈ ਤਾਂ ਅਸੀਂ ਖਾਂਦੇ ਹੀ ਨਹੀਂ ਹਾਂ,
ਲੇਕਿਨ ਜੇ ਗੋਸ਼ਤ ਦਾ ਸੋਨੂ ਹੈ ਇਹ ਕਿਆ ਹੀ ਬਾਤਾਂ ਨੇ ਜਨਾਬ, ਮਜ਼ਾ ਆ ਗਿਆ। ਯਕੀਨ ਕਰੋ ਇਹੋ ਜਿਹੇ ਜ਼ਿੰਦਗੀ 'ਚ ਮੈਂ ਪਹਿਲੀ ਵਾਰੀ ਵੇਖਿਆ ਗੋਸ਼ ਨੂੰ ਇੰਨਾ ਉਹਨਾਂ ਨੇ ਠਿੰਕ ਕਰਕੇ ਠੋਸ ਕਰਕੇ ਬਣਾਇਆ, ਵਿੱਚ ਪਿਆਜ਼ਾਂ ਨੂੰ ਵੀ ਉਹਨਾਂ ਨੇ ਇੰਝ ਮਸ ਕੀਤਾ ਹੈ ਅਤੇ ਮਸ ਕਰ ਦਿੱਤਾ ਔਰ ਇਹ ਬਹੁਤ ਖੂਬਸੂਰਤ ਬਣਾਇਆ ਹੈ ਔਰ ਇਹਦਾ ਪੀਸ ਦੇਖੋ ਕਿੰਨਾ ਖੂਬਸੂਰਤ ਹੈ। ਅਤੇ ਬਾਕੀ ਰੋਟੀ ਨਾਲ ਕੀ ਖਾਣਾ ਇਹਨੂੰ, ਇਹੋ ਜਿਹੇ ਦੋ ਕੁ ਪੀਸ ਤੁਸੀਂ ਖਾ ਲਓ ਨਾ, ਮੇਰਾ ਖਿਆਲ ਹੈ ਸੁਬਹਾ ਤੁਸੀਂ ਖਾਧੇ ਹੋਣ ਅਤੇ ਸ਼ਾਮ ਤੱਕ ਉਂਝ ਭੁੱਖ ਨਾ ਲੱਗੇ, ਕਿਉਂਕਿ ਇਹ ਹਾਰਡ ਗਦਾ ਯਾਨੀ ਕਿ ਸਖਤ। ਸਾਡੇ ਕੀਮਤ 'ਚ ਇਹਨਾਂ ਕੀਮਤ 'ਚ ਬੜਾ ਫਰਕ ਵੀ ਬੜਾ ਹੈ। ਸਾਡਾ ਕੀਮਾ ਜਿਹੜਾ ਨਾ ਸਾਡੇ ਜ਼ਿਆਦਾ ਕੀਮੇ ਮਟਰ ਵਗੈਰਾ ਬਣਾਉਂਦੇ ਹਾਂ ਅਸੀਂ ਖਾਂਦੇ ਹਾਂ, ਜਾਂ ਕੋਈ ਇਹੋ ਜਿਹੀ ਚੀਜ਼ ਪਿਆਜ਼ ਵਗੈਰਾ ਹਰੀਆਂ ਮਿਰਚਾਂ ਵਗੈਰਾ, ਲੇਕਿਨ ਉਹਦੇ 'ਚ ਇਹ ਮਿਰਚਾਂ ਇੰਨੀਆਂ ਲਾਲ ਨੇ ਬੰਦੇ ਦਾ ਚਿਹਰਾ ਕਿ ਲਾਲ ਹੁੰਦਾ, ਪਤਾ ਲੱਗਦਾ ਵੀ ਕੀਮਾ ਖਾਦਾ, ਕੰਨ ਵੀ ਬਲਕਿ ਲਾਲ ਹੋ ਜਾਂਦੇ ਨੇ। ਹਾਏ ਹਾਏ, ਇਹਦੇ ਕੋਫਤੇ, ਇਹ ਕੋਫਤੇ ਦਾ ਵੀ ਜ਼ਾਇਕਾ ਦੇ ਰਿਹਾ, ਜਿਸ ਤਰ੍ਹਾਂ ਨਰਕ ਅਸੀਂ ਕੋਫਤੇ ਬਣਾਏ ਨੇ ਅਤੇ ਉਹ ਗੋਲ ਗੋਲ ਅਸੀਂ ਬਣਾਉਂਦੇ ਹਾਂ ਗੋਲ ਗੋਲ ਗੇਂਦ ਦੀ ਤਰ੍ਹਾਂ, ਅਤੇ ਇਹ ਜ਼ਰਾ ਇਹ ਲੱਗਦਾ ਪੂਰਾ ਇੱਕ ਕੇਕ ਸੀ, ਅੱਧਾ ਅੱਧਾ ਕਰਕੇ ਕੱਟ ਕੱਟ ਕੇ ਉਹਨਾਂ ਨੇ ਸਾਨੂੰ ਦਿੱਤਾ। ਬਹੁਤ ਅੱਛਾ ਲੱਗਾ, ਬੜਾ ਮਜ਼ਾ ਆ ਰਿਹਾ। ਅਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਦਬਾਓ, ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਆਪਣੀ ਸਿਹਤ ਦਾ ਖਿਆਲ ਰੱਖੋ, ਅੱਛੇ ਅੱਛੇ ਖਾਣੇ ਖਾਓ ਅਤੇ ਜਾਨਾ ਬਣਾਓ। ਇਨਸ਼ਾਅੱਲਾ ਫਿਰ ਮਿਲਾਂਗੇ ਤੁਹਾਡੇ ਨਾਲ, ਇਜਾਜ਼ਤ ਦਿਓ ਮੈਨੂੰ, ਅੱਲਾ ਹਾਫਿਜ਼। ਵਾਹ ਜੀ ਵਾਹ, ਕਿਆ ਬਾਤ ਹੈ, ਅੱਜ ਪਤਾ ਲੱਗਾ ਕਿ ਚੀਜ਼ ਖਾਧੀ ਹੈ ਅਤੇ ਮਜ਼ਾ ਆਇਆ ਖਾਣ ਦਾ, ਤਾਕਤ ਆ ਗਈ ਭੈਣ, ਕਿਆ ਬਾਤ ਹੈ ਯਾਰ।